ਸਾਤਰਤ ਪਈ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ। ਹਾਂਜੀ ਦੋਸਤੋ, ਵੈਲਕਮ ਬੈਕ ਟੂ ਸਿੰਘ ਵਲੌਗਸ। ਅੱਜ 7 ਜੁਲਾਈ 2024 ਨੂੰ ਬਾਬਾ ਜੀ ਨੇ ਡੇਰਾ ਬਿਆਸ ਵਿੱਚ ਸਤਸੰਗ ਫਰਮਾਇਆ। ਇਹ ਜੋ ਸਤਸੰਗ ਹੈ ਇਹ ਸਾਲ ਵਿੱਚ ਇੱਕ ਵਾਰ ਹੁੰਦਾ ਹੈ। ਬਾਬਾ ਜੀ ਨੇ ਚੇਅਰ 'ਤੇ ਬਹਿ ਕੇ 45 ਮਿੰਟ ਦਾ ਸਤਸੰਗ ਫਰਮਾਇਆ ਬਿਨਾਂ ਪਾਠੀ ਤੋਂ। ਅਤੇ ਜਿਵੇਂ ਤੁਸੀਂ ਆਪਣੀ ਪਿਛਲੀ ਵੀਡੀਓ ਦੇਖੀ ਹੋਣੀ ਆ ਜਿਸ ਵਿੱਚ ਰਸ਼ ਬਾਰੇ ਕਿਹਾ ਸੀ, ਤਾਂ ਅੱਜ ਸੰਗਤ ਦਾ ਰਸ਼ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਟ੍ਰੈਫਿਕ ਵੀ ਜਾਮ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ। ਸਵੇਰੇ ਵੀ ਜਾਮ ਲੱਗਿਆ ਰਿਹਾ ਅਤੇ ਦੁਪਹਿਰ ਨੂੰ ਵੀ, ਬਿਲਕੁਲ ਪਿਛਲੇ ਸਾਲ ਵਾਂਗ। ਪਿਛਲੇ ਸਾਲ ਤਾਂ ਇਸ ਤੋਂ ਵੀ ਜ਼ਿਆਦਾ ਜਾਮ ਸੀ, ਜੋ ਵੀਡੀਓ ਵੀ 10 ਲੱਖ ਸੰਗਤ ਨੇ ਦੇਖੀ ਸੀ। ਇਹ ਭੰਡਾਰਾ ਬੜੇ ਹਜ਼ੂਰ ਜੀ ਦਾ ਹੁੰਦਾ ਹੈ, ਲੇਕਿਨ ਇਸ ਵਾਰ ਮੌਸਮ ਬਹੁਤ ਵਧੀਆ ਸੀ ਕੱਲ੍ਹ ਵੀ ਅਤੇ ਅੱਜ ਵੀ। ਸੰਗਤ ਹਰ ਵਾਰ ਕੀ ਤਰ੍ਹਾਂ ਇੰਡੀਆ ਕੇ ਕੋਨੇ ਕੋਨੇ ਸੇ ਆਈ ਹੋਈ ਥੀ। ਔਰ ਦੋਸਤੋ, ਸੰਤ ਮਹਾਤਮਾ ਵਕਤ ਕੀ ਹਜ਼ਾਕਤ ਕੋ ਦੇਖਤੇ ਹੋਏ ਸਤਸੰਗ ਫਰਮਾਤੇ ਹੈ, ਵੈਸੇ ਹੀ ਕੁਛ ਲਫਜ਼ ਆਜ ਬਾਬਾ ਜੀ ਨੇ ਸੰਗਤ ਕੋ ਕਹੇ। ਜੋ ਵੀ ਆਜ ਬਾਬਾ ਜੀ ਨੇ ਸਤਸੰਗ ਮੇਂ ਫਰਮਾਇਆ ਵੋ ਆਪਕੇ ਸਾਥ ਸ਼ੋਰਟ ਮੇਂ ਸ਼ੇਅਰ ਕੀਆ ਜਾਏਗਾ, ਤਾਂ ਕਿ ਜੋ ਸੰਗਤ ਜਾ ਨਾ ਸਕੀ ਹੋ ਔਰ ਜੋ ਫੋਰਨ ਕੰਟਰੀਜ਼ ਮੇਂ ਵੀ ਬੈਠੇ ਹੈ ਹਮਾਰੇ ਦੋਸਤ, ਉਨਕੇ ਲੀਏ ਔਰ ਜੋ ਸੇਵਾਦਾਰ ਹੈ, ਸੇਵਾਦਾਰ ਵੀਰ, ਉਨਕਾ ਸਤਸੰਗ ਰਹਿ ਜਾਤਾ ਹੈ, ਉਨਕੇ ਲੀਏ ਵੀ। ਔਰ ਇੰਡੀਆ ਕੇ ਦੂਰ ਦੂਰ ਸਟੇਟ ਸੇ ਜੋ ਦੋਸਤ ਦੇਖਤੇ ਹੈ ਉਨਕੇ ਲੀਏ ਵੀ। ਦੋਸਤੋ, ਇੱਕ ਹੋਰ ਗੱਲ ਮੈਂ ਕਹੂੰਗਾ ਕਿ ਇਹ ਜੋ ਟੋਲ ਪਲਾਜ਼ਾ ਵਾਲੇ ਹੈਗੇ ਆ ਢਿਲਵਾਂ ਕਪੂਰਥਲਾ ਵਾਲੇ, ਇਹ ਸੰਗਤ ਦਾ ਇੰਨਾ ਰਸ਼ ਹੋਣ ਦੇ ਬਾਵਜੂਦ ਵੀ ਬੈਰੀਅਰ ਨਹੀਂ ਖੋਲ੍ਹਦੇ। ਜੋ ਸਰਕਾਰ ਦਾ ਖੁਦ ਦਾ ਰੂਲ ਆ ਕਿ 100 ਮੀਟਰ 'ਤੇ ਜਿੱਥੇ ਲਾਈਨ ਹੁੰਦੀ ਆ, ਜੇ ਉਸ ਤੋਂ ਉੱਤੇ ਜਾਮ ਲੱਗਿਆ ਹੋਵੇ ਤਾਂ ਬੈਰੀਅਰ ਖੋਲ੍ਹ ਦੇਣੇ ਹੁੰਦੇ ਹਨ। ਲੇਕਿਨ 2-2 ਕਿਲੋਮੀਟਰ ਤੱਕ, 4-4 ਕਿਲੋਮੀਟਰ ਤੱਕ ਜਾਮ ਲੱਗਿਆ ਰਹਿੰਦਾ, ਲੇਕਿਨ ਇਹ ਬੈਰੀਅਰ ਨਹੀਂ ਖੋਲ੍ਹਦੇ, ਤਾਂ ਇਹਨਾਂ ਉੱਤੇ ਸੰਗਤ ਨੂੰ ਖੱਜਲ ਹੋਣਾ ਪੈਂਦਾ। ਕੁਛ ਕੀਤਾ ਜਾਵੇ, ਇਹਨਾਂ ਨੂੰ ਕਿਹਾ ਜਾਵੇ। ਰੂਲ ਤਾਂ ਰੂਲ ਆ ਜੋ ਕਿ ਸਾਰਿਆਂ ਨੂੰ ਮੰਨਣੇ ਚਾਹੀਦੇ ਨੇ। ਇਸ ਉੱਤੇ ਸਪੈਸ਼ਲ ਇੱਕ ਵੀਡੀਓ ਬਣਾਈ ਹੈ ਮੈਂ, ਉਹ ਵੀ ਕੱਲ੍ਹ ਪੋਸਟ ਕਰੂੰਗਾ, ਉਹ ਵੀ ਦੇਖਿਓ। ਬਾਬਾ ਜੀ 8:30 ਵਜੇ ਤੋਂ ਕੁਛ ਮਿੰਟ ਪਹਿਲਾਂ ਹੀ ਸਟੇਜ 'ਤੇ ਆ ਗਏ ਸੀ। ਉਸ ਟਾਈਮ ਦਰਸ਼ਨ ਪਾਠੀ ਜੀ ਬਹੁਤ ਸੁੰਦਰ ਸ਼ਬਦ ਪੜ੍ਹ ਰਹੇ ਸੀ, ਬਹੁਤ ਹੀ ਮਿੱਠੀ ਆਵਾਜ਼ ਵਿੱਚ, ਜਿਸ ਨਾਲ ਮਾਹੌਲ ਦੇਖਦੇ ਹੀ ਬਣ ਰਿਹਾ ਸੀ। ਬਾਬਾ ਜੀ ਆ ਕੇ ਜਦੋਂ ਕੁਰਸੀ 'ਤੇ ਵਿਰਾਜਮਾਨ ਹੋਏ, ਬਾਬਾ ਜੀ ਨੇ ਸ਼ੁਰੂਆਤ ਕੀਤੀ ਸਵਾਮੀ ਜੀ ਮਹਾਰਾਜ ਤੋਂ। ਬਾਬਾ ਜੀ ਨੇ ਬੇਨਤੀ ਕਰਦੇ ਹੋਏ ਫਰਮਾਇਆ ਕਿ ਆਪਾਂ ਆਮ ਸਤਸੰਗਾਂ ਵਿੱਚ ਆਮ ਸੁਣਦੇ ਹਾਂ, ਸਵਾਮੀ ਜੀ ਦਾ ਉਪਦੇਸ਼ ਸੁਣਦੇ ਹਾਂ, ਜਿੱਥੇ ਆਪ ਫਰਮਾਉਂਦੇ ਹਨ ਕਿ ਜੋ ਦੁਨੀਆ ਕਹਿੰਦੀ ਹੈ ਸੰਤ ਮਹਾਤਮਾ ਉਹਦਾ ਬਿਲਕੁਲ ਉਲਟ ਕਹਿੰਦੇ ਹਨ। ਆਪ ਨੇ ਫਰਮਾਇਆ ਕਿ ਦੁਨੀਆ ਕਹਿੰਦੀ ਹੈ ਕਿ ਅੱਖਾਂ ਦੇ ਨਾਲ ਦੇਖੋ, ਸੰਤ ਕਹਿੰਦੇ ਹਨ ਅੱਖਾਂ ਨੂੰ ਬੰਦ ਕਰਕੇ ਦੇਖੋ, ਦੁਨੀਆ ਕਹਿੰਦੀ ਹੈ ਕੰਨਾਂ ਨਾਲ ਸੁਣੋ, ਆਪ ਕਹਿੰਦੇ ਹਨ ਕੰਨਾਂ ਨੂੰ ਬੰਦ ਕਰਕੇ ਸੁਣੋ, ਦੁਨੀਆ ਸਮਝਾਉਂਦੀ ਹੈ ਜੀਣਾ ਸਿੱਖੋ, ਸੰਤ ਕਹਿੰਦੇ ਹਨ ਮਰਨਾ ਸਿੱਖੋ। ਸੋ ਪਰਮਾਰਥ ਰੂਹਾਨੀਅਤ ਕਿਸ ਨੂੰ ਕਹਿੰਦੇ ਹਨ? ਹੁਣ ਆਪਾਂ ਕਈ ਚੀਜ਼ਾਂ ਨੂੰ ਅਪਣਾ ਲੈਂਦੇ ਹਾਂ ਮਗਰ ਸਹੀ ਤਰੀਕੇ ਨਾਲ ਸਮਝ ਨਹੀਂ ਪਾਉਂਦੇ। ਫਿਰ ਪਰਮਾਰਥ ਦਾ ਮਤਲਬ ਸਮਝਾਇਆ ਗਿਆ ਕਿ ਪਰਮਾਰਥ ਦਾ ਕੀ ਮਤਲਬ ਹੈ? ਪਰਮ ਦਾ ਅਰਥ
ਉਹ ਜਿਹੜਾ ਕੁੱਲ ਮਾਲਿਕ ਹੈ, ਜਿਹਦੇ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਬਣੀ ਹੈ, ਉਹਦੀ ਸਮਝ। ਰੂਹਾਨੀਅਤ, ਸਾਡੀ ਰੂਹ ਦਾ ਜੋ ਸਫ਼ਰ ਹੈ ਉਹਨੂੰ ਰੂਹਾਨੀਅਤ ਕਹਿੰਦੇ ਹਨ। ਆਪਾਂ ਲਫ਼ਜ਼ ਇਸਤੇਮਾਲ ਕਰਦੇ ਹਾਂ ਪਰਮਾਤਮਾ, ਪਰਮ ਆਤਮਾ, ਪਹਿਲੀ ਆਤਮਾ ਜਿਸ ਤੋਂ ਆਪਾਂ ਸਾਰਿਆਂ ਨੇ ਜਨਮ ਲਿੱਤਾ ਹੈ। ਅੱਗੇ ਗੁਰਬਾਣੀ ਦੀ ਬਹੁਤ ਸੁੰਦਰ ਤੁੱਕ ਫਰਮਾਈ ਗਈ ਕਿ ਬਾਣੀ ਵਿੱਚ ਸਾਨੂੰ ਦੱਸਿਆ ਸੀ, ਆਤਮ ਮੇ ਰਾਮ, ਰਾਮ ਮੇ ਆਤਮ, ਚੀਨਸ ਗੁਰ ਵਿਚਾਰਾ, ਕਿ ਆਤਮਾ ਅੰਦਰ ਪਰਮਾਤਮਾ ਹੈ, ਪਰਮਾਤਮਾ ਅੰਦਰ ਆਤਮਾ ਹੈ। ਮਗਰ ਇਸ ਭੇਤ ਨੂੰ ਕੋਈ ਵਿਰਲਾ ਹੀ ਪਹਿਚਾਨ ਪਾਇਆ ਹੈ, ਕਿਉਂਕਿ ਇਸ ਵਕਤ ਸਾਡਾ ਜਿਹੜਾ ਦਾਇਰਾ ਹੈ ਉਹ ਅਸੀਂ ਸਿਰਫ ਸਰੀਰ ਤੱਕ ਹੀ ਸੀਮਿਤ ਰੱਖਿਆ ਹੈ। ਹੁਣ ਭੁੱਲ ਗਏ ਹਾਂ ਕਿ ਇਹ ਜਿਹੜਾ ਸਾਨੂੰ ਅਨਮੋਲ ਮੌਕਾ ਮਿਲਿਆ ਹੈ, ਜਿਹੜਾ ਸਾਨੂੰ ਇਨਸਾਨ ਦਾ ਜਾਮਾ ਮਿਲਿਆ ਹੈ, ਉਹ ਆਪਣੇ ਅਸਲ ਦੀ ਪਹਿਚਾਣ ਵਾਸਤੇ ਮਿਲਿਆ ਹੈ। ਅਸਲ ਦੀ ਪਹਿਚਾਣ ਮਤਲਬ ਇਹ ਜਿਹੜਾ ਸਾਡਾ ਜਿਸਮ ਹੈ ਇਹ ਸਾਡਾ ਅਸਲ ਨਹੀਂ ਹੈਗਾ, ਅਸੀਂ ਇਸ ਤੋਂ ਅੱਗੇ ਵੱਧ ਕੇ ਉਹਦੀ ਪਹਿਚਾਣ ਕਰਨੀ ਹੈ, ਆਪਣੀ ਹਸਤੀ ਉਹਦੇ ਨਾਲ ਜੁੜਨੀ ਹੈ। ਕਿਉਂਕਿ ਸਰੀਰ ਇਹ ਤਾਂ ਮਾਇਆ ਰੂਪੀ ਹੈ। ਮਾਇਆ ਕਿਸ ਨੂੰ ਕਹਿੰਦੇ ਹਨ? ਜਿਹੜੀ ਚੀਜ਼ ਬਦਲਦੀ ਰਹਿੰਦੀ ਹੈ, ਆਏ ਜਾਏ ਸੋ ਮਾਇਆ। ਹੁਣ ਸਰੀਰ ਬਦਲਦਾ ਹੈ ਕਿ ਨਹੀਂ ਬਦਲਦਾ, ਇਹ ਜਵਾਨੀ 'ਚੋਂ ਬੁਢਾਪੇ ਵਿੱਚ ਜਾਊਗਾ ਕਿ ਨਹੀਂ ਜਾਊਗਾ, ਉਹ ਬਾਲ ਜਿਹੜੇ ਕਾਲੇ ਸੀ ਉਹ ਜਾ ਕੇ ਚਿੱਟੇ ਹੋਣਗੇ ਕਿ ਨਹੀਂ ਹੋਣਗੇ। ਇਸ ਕਰਕੇ ਜਿਹੜੀ ਚੀਜ਼ ਬਦਲਦੀ ਹੈ ਉਹ ਮਾਇਆ ਦੇ ਅਧੀਨ ਹੈ, ਉਹ ਵਕਤ ਦੇ ਅਧੀਨ ਹੈ। ਅਸੀਂ ਇਹ ਜਿਹੜਾ ਮੌਕਾ ਸਾਨੂੰ ਮਿਲਿਆ ਹੈ ਉਸ ਅਸਲ, ਆਪਣੇ ਅਸਲ ਦੀ ਪਹਿਚਾਣ ਕਰਨ ਵਾਸਤੇ ਮਿਲਿਆ ਹੈ। ਅੱਗੇ ਬਾਬਾ ਜੀ ਨੇ ਫਰਮਾਇਆ ਕਿ ਹੁਣ ਦੇਖੋ ਵੈਸਟਰਨ ਫਿਲੋਸਫਰਸ ਆਏ, ਉਹਨਾਂ ਨੇ ਕਿਹਾ ਕਿ ਜੇ ਸਾਡਾ ਵਜੂਦ ਹੈ, ਆਈ ਥਿੰਕ ਦੇਅਰ ਫੋਰ ਆਈ ਐਮ, ਕਿਉਂਕਿ ਅਸੀਂ ਅਲੱਗ ਅਲੱਗ ਸੋਚਦੇ ਹਾਂ, ਇਸ ਕਰਕੇ ਸਾਡਾ ਵਜੂਦ ਅਲੱਗ ਅਲੱਗ ਬਣਿਆ ਹੈ, ਸਾਡੀ ਹੋਂਦ ਅਲੱਗ ਅਲੱਗ ਹੈ। ਹੁਣ ਸੋਚ ਕਿੱਥੋਂ ਆਉਂਦੀ ਹੈ? ਉਹ ਮਨ ਤੋਂ ਆਉਂਦੀ ਹੈ। ਤਾਂ ਕੀ ਸਾਡਾ ਵਜੂਦ ਸਿਰਫ ਮਨ ਤੱਕ ਹੀ ਸੀਮਿਤ ਹੈ? ਤਾਂ ਇਹੀ ਖਾਸ ਮਕਸਦ ਹੈ ਜਿਹਦੇ ਵਾਸਤੇ ਮਾਲਿਕ ਨੇ ਸਾਨੂੰ ਇਨਸਾਨ ਦਾ ਜਾਮਾ ਬਖਸ਼ਿਆ ਹੈ। ਕਿਉਂਕਿ ਜਿਹੜੀਆਂ ਨਿਚਲੀਆਂ ਜੁੰਨੀਆਂ ਹਨ ਉਹ ਭੋਗ ਜੁੰਨੀਆਂ ਹਨ, ਉਹ ਭੁਗਤਾਨ ਦੇ ਰਹੀਆਂ ਹਨ। ਇਨਸਾਨ ਦੀ ਜਿਹੜੀ ਜੁੰਨੀ ਹੈ ਉਹ ਕਰਮ ਜੁੰਨੀ ਹੈ, ਉਹ ਭੁਗਤਾਨ ਵੀ ਦੇ ਰਹੀ ਹੈ, ਨਵੇਂ ਕਰਮ ਵੀ ਬਣਾ ਰਹੀ ਹੈ। ਦੋਨਾਂ ਵਿੱਚ ਫਰਕ ਕੀ ਹੈ? ਕਿ ਮਾਲਿਕ ਨੇ ਇਨਸਾਨ ਨੂੰ ਵਿਵੇਕ ਦੀ ਤਾਕਤ ਦਿੱਤੀ ਹੈ, ਵਿਵੇਕ ਦੇ ਨਾਲ ਇੱਕ ਤਰਕ ਆਉਂਦਾ ਹੈ। ਜਿਹੜੀਆਂ ਨਿਚਲੀਆਂ ਜੁੰਨੀਆਂ ਹਨ ਉਹ ਸਿਰਫ ਆਪਣੀਆਂ ਲੋੜਾਂ ਨੂੰ ਲੈ ਕੇ, ਵਕਤ ਨੂੰ ਲੈ ਕੇ ਸਿਰਫ ਰਿਐਕਟ ਕਰਦੇ ਹਨ। ਅੱਗੇ ਦੋਸਤੋ ਬਾਬਾ ਜੀ ਨੇ ਇਸ ਬਾਰੇ ਹੋਰ ਸਮਝਾਇਆ ਸੀ ਕਿ ਇਨਸਾਨ ਨੂੰ ਉਸ ਮਾਲਿਕ ਨੇ ਸੋਚ ਦਿੱਤੀ ਹੈ ਕਿ ਉਹ ਓਬਜੈਕਟਿਵਲੀ ਲਕਸ਼ ਸਾਹਮਣੇ ਰੱਖ ਕੇ ਉਹਦੀ ਤਰਫ ਵੱਧ ਸਕੇ, ਆਪਣਾ ਚੰਗਾ ਔਰ ਬੁਰਾ ਪਹਿਚਾਣ ਸਕੇ। ਮਗਰ ਕੀ ਅਸੀਂ ਇਸ ਮੌਕੇ ਦਾ ਫਾਇਦਾ ਉਠਾ ਰਹੇ ਹਾਂ? ਦੋਸਤੋ ਸਤਸੰਗ ਦੇ ਦੌਰਾਨ ਬਾਬਾ ਜੀ ਨੇ ਇਹ ਵੀ ਫਰਮਾਇਆ ਕਿ ਅਸੀਂ ਤਾਂ ਚੰਗੇ ਭਲੇ ਉਹਦੇ ਘਰ ਵਿੱਚ ਬੈਠੇ ਸੀ, ਹੁਣ ਮਾਲਿਕ ਨੇ ਸਾਨੂੰ ਕਿਉਂ ਭੇਜਿਆ? ਕਿਉਂਕਿ ਸਾਨੂੰ ਕਦਰ ਨਹੀਂ ਸੀ। ਸਾਨੂੰ ਇੱਥੇ ਭੇਜਿਆ ਗਿਆ ਸਿੱਖਣ ਵਾਸਤੇ, ਅਹਿਸਾਸ ਦਿਲਾਉਣ ਵਾਸਤੇ। ਅੱਗੇ ਗੁਰਬਾਣੀ ਦੀ ਇੱਕ ਬਹੁਤ ਸੁੰਦਰ ਤੁੱਕ ਫਰਮਾਈ ਗਈ, ਪੰਜਵੀਂ ਪਾਤਸ਼ਾਹੀ ਜੀ ਨੇ ਕਿਹਾ ਸੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਨਸਾਨ ਦਾ ਜਾਮਾ ਹਾਸਿਲ ਹੋਇਆ ਹੈ, ਕਾਹਦੇ ਵਾਸਤੇ ਹੋਇਆ ਹੈ? ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਜਿਹੜੀ ਬਾਰੀ ਹੈ, ਇਹ ਜਿਹੜਾ ਮੌਕਾ ਹੈ, ਇਹ ਮਾਲਿਕ ਦੀ ਭਗਤੀ ਉਸ ਰਸਤੇ ਉੱਤੇ ਚੱਲ ਕੇ ਆਪਣੇ ਅਸਲ ਦੀ ਪਹਿਚਾਣ ਵਾਸਤੇ ਮਿਲਿਆ ਹੈ। ਸਾਡੀ ਜਿਹੜੀ ਪਹਿਚਾਣ ਇਸ ਵਕਤ ਹੈ ਉਹ ਅਸੀਂ ਸਰੀਰ ਦੇ ਨਾਲ ਜੁੜੀ ਹੋਈ ਹੈ,
ਆਪਾਂ ਕਿਸੇ ਨੂੰ ਪੁੱਛੀਏ ਕਿ ਜੀ ਤੁਸੀਂ ਕੌਣ ਹੋ, ਉਹ ਆਪਣਾ ਨਾਮ ਦੱਸ ਦੇਊਗਾ, ਆਪਣੇ ਕੁਲ ਬਾਰੇ ਦੱਸ ਦੇਊਗਾ, ਆਪਣਾ ਅਹੁਦਾ ਦੱਸ ਦੇਊਗਾ, ਆਪਣਾ ਦੇਸ਼, ਆਪਣਾ ਸੂਬਾ ਦੱਸ ਦੇਊਗਾ, ਮਗਰ ਉਹਦਾ ਅਸਲ ਜਿਸਮ ਨਹੀਂ ਹੈ। ਇਹ ਚੀਜ਼ਾਂ ਜਿਸਮ ਦੇ ਨਾਲ ਜੁੜੀਆਂ ਹੋਈਆਂ ਹਨ, ਅਸਲ ਤਾਂ ਆਤਮਾ ਹੈ, ਔਰ ਜਿੰਨਾ ਚਿਰ ਇਹ ਆਤਮਾ ਤੱਕ ਪਹੁੰਚ ਕੇ ਉਹਦੇ ਨਾਲ ਆਪਣਾ ਵਜੂਦ ਨਹੀਂ ਜੋੜਦਾ, ਇਹ ਆਪਣਾ ਦਾਇਰਾ ਛੋਟਾ ਕਰਕੇ ਬੈਠ ਗਿਆ ਹੈ, ਕਿਉਂਕਿ ਆਤਮਾ ਤਾਂ ਪਰਮਾਤਮਾ ਦਾ ਹਿੱਸਾ ਹੈ। ਸੋ ਇਸ ਕਰਕੇ ਇਹ ਮੌਕਾ ਦਿੱਤਾ ਗਿਆ ਹੈ ਕਿ ਆਪਾਂ ਜਿਸਮਾਂ ਦੇ ਦਾਇਰੇ ਤੋਂ ਅੱਗੇ ਵੱਧ ਕੇ ਆਪਣਾ ਵਜੂਦ ਉਸ ਆਤਮਾ ਦੇ ਨਾਲ ਜੋੜੀਏ ਜਿਹੜੀ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਤਾਂ ਅਸੀਂ ਆਪਣੇ ਅਸਲ ਦੀ ਪਹਿਚਾਣ ਕਰ ਸਕਾਂਗੇ। ਬਾਬਾ ਜੀ ਨੇ ਅੱਗੇ ਫਰਮਾਇਆ, ਹੁਣ ਕਿਉਂਕਿ ਸਾਡਾ ਦਾਇਰਾ ਜਿਸਮ ਦੇ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਆਪਾਂ ਵੀ ਬਾਹਰਮੁਖੀ ਸਾਧਨਾ ਨੂੰ ਲੈ ਕੇ ਬੈਠ ਗਏ ਹਾਂ। ਸੰਤ ਮਹਾਤਮਾ ਕੋਈ ਆਪਣੀ ਭਗਤੀ ਕਰਾਉਣ ਵਾਸਤੇ ਨਹੀਂ ਆਉਂਦੇ, ਉਹ ਕੋਈ ਸਾਡੇ ਤੋਂ ਮੱਥੇ ਟਿਕਾਉਣ ਵਾਸਤੇ ਨਹੀਂ ਆਉਂਦੇ, ਉਹ ਤਾਂ ਸਾਨੂੰ ਸਮਝਾਉਣ ਵਾਸਤੇ ਆਉਂਦੇ ਹਨ, ਇੱਕ ਉਦਾਹਰਨ ਬਣ ਕੇ ਆਉਂਦੇ ਹਨ ਕਿ ਆਪਣੇ ਉਦਾਹਰਨ ਦੇ ਜ਼ਰੀਏ ਸਾਨੂੰ ਸਮਝਾ ਸਕਣ ਕਿ ਅਸੀਂ ਕਿਹੜੇ ਰਸਤੇ ਦੇ ਉੱਤੇ ਚੱਲਣਾ ਹੈ ਔਰ ਕਿਹੜੇ ਉਸ ਲਕਸ਼ ਤੱਕ ਪਹੁੰਚਣਾ ਹੈ। ਅਸੀਂ ਕਿਉਂਕਿ ਜਿਸਮ ਦੇ ਦਾਇਰੇ ਅੰਦਰ ਹਾਂ, ਸਾਡਾ ਦਾਇਰਾ ਛੋਟਾ ਹੈ, ਅਸੀਂ ਕਾਰਵਾਈਆਂ ਪਾ ਕੇ ਛੱਡ ਦਿੰਦੇ ਹਾਂ ਔਰ ਝੂਠੀਆਂ ਤਸੱਲੀਆਂ ਵਿੱਚ ਅਸੀਂ ਰਹਿ ਜਾਂਦੇ ਹਾਂ। ਕਦੇ ਕਿਸੇ ਡੇਰੇ 'ਤੇ ਚਲੇ ਗਏ, ਕਦੇ ਕਿਸੇ ਬਾਬੇ ਕੋਲ ਚਲੇ ਗਏ, ਅਸੀਂ ਸੋਚਦੇ ਹਾਂ ਕਿ ਉਹਨਾਂ ਕੋਲੋਂ ਆਸ਼ੀਰਵਾਦ ਲੈ ਕੇ ਜਾਂ ਉਹਨਾਂ ਨੂੰ ਮੱਥੇ ਟੇਕ ਕੇ ਜਾਂ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਸਾਨੂੰ ਰੂਹਾਨੀਅਤ ਹਾਸਿਲ ਹੋ ਜਾਊਗੀ। ਜੇ ਇਹ ਭਗਤੀ ਦਾ ਰਸਤਾ ਹੁੰਦਾ ਤਾਂ ਮਹਾਂਪੁਰਖਾਂ ਨੇ ਕਿਉਂ ਸਾਨੂੰ ਰੋਕਣਾ ਸੀ ਇਹਨਾਂ ਚੀਜ਼ਾਂ ਤੋਂ? ਆਪ ਨੇ ਪਹਿਲਾਂ ਹੀ ਆਪਣੇ ਕੱਪੜੇ ਫਾੜ ਕੇ ਸਾਡੇ ਸਪੁਰਦ ਕਰ ਦੇਣੇ ਸੀ ਜਾਂ ਆਪਣੇ ਪੈਰ ਸਾਡੇ ਅੱਗੇ ਰੱਖ ਦੇਣੇ ਸੀ। ਜੇ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਦੇ ਹਨ, ਇਹਦਾ ਮਤਲਬ ਕਿ ਇਹਦਾ ਕੋਈ ਨਾ ਕੋਈ ਮਕਸਦ ਹੈ, ਕਿਉਂਕਿ ਰੂਹਾਨੀਅਤ ਸਾਨੂੰ ਮਿਲੂਗੀ, ਆਪਣੇ ਅੰਦਰੋਂ ਮਿਲੂਗੀ। ਮਾਲਿਕ ਨੇ ਜੋ ਕੁਛ ਦੇਣਾ ਸੀ, ਜਦੋਂ ਸਾਨੂੰ ਇਨਸਾਨ ਦਾ ਜਾਮਾ ਬਖਸ਼ਿਆ, ਉਸ ਵਕਤ ਦੇ ਦਿੱਤਾ। ਦੋਸਤੋ, ਸਤਸੰਗ ਦੇ ਦੌਰਾਨ ਬਾਬਾ ਜੀ ਨੇ ਇਹ ਗੱਲ ਦੋ ਵਾਰ ਫਰਮਾਈ ਕਿ ਸਾਨੂੰ ਮੰਗਣ ਦੀ ਲੋੜ ਨਹੀਂ, ਪਹਿਚਾਨਣ ਦੀ ਲੋੜ ਹੈ। ਇਸ ਕਰਕੇ ਰੂਹਾਨੀਅਤ ਸਿਰਫ ਇੱਕ ਪਹਿਚਾਣ ਹੈ, ਇੱਕ ਜਾਗਰਤਾ ਹੈ। ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਹੈ, ਕਿਹੜੇ ਤੀਰਥਾਂ 'ਤੇ ਜਾਣਾ ਹੈ, ਕਿਹੜੇ ਸਰੋਵਰਾਂ ਵਿੱਚ ਨਹਾਉਣਾ ਹੈ, ਕਿਹੜੇ ਬਾਬਿਆਂ ਕੋਲ ਆਸ਼ੀਰਵਾਦ ਲੈਣਾ ਹੈ। ਆਸ਼ੀਰਵਾਦ ਤਾਂ ਭਾਈ ਉਸੇ ਵਕਤ ਮਿਲ ਗਿਆ ਸੀ ਜਿੱਦਣ ਇਨਸਾਨ ਦਾ ਜਾਮਾ ਉਹਨੇ ਬਖਸ਼ਤਾ, ਉਸ ਵਕਤ ਹੀ ਜੋ ਉਹਨੇ ਦੇਣਾ ਸੀ ਦੇਤਾ। ਅਸੀਂ ਤਾਂ ਸਿਰਫ ਉਹਦੀ ਪਹਿਚਾਣ ਕਰਨੀ ਹੈ, ਉਹਦੀ ਕਦਰ ਕਰਨੀ ਹੈ, ਉਹਦਾ ਸ਼ੁਕਰ ਕਰਨਾ ਹੈ। ਦੋਸਤੋ, ਸਤਸੰਗ ਦੇ ਦੌਰਾਨ ਬਾਬਾ ਜੀ ਨੇ ਇੱਕ ਸਾਖੀ ਵੀ ਸੁਣਾਈ ਕਿ ਕਹਿੰਦੇ ਹਨ ਕੋਈ ਮਹਾਂਪੁਰਖ ਆਪਣੇ ਚੇਲੇ ਨੂੰ ਲੈ ਕੇ ਕਿਸੇ ਪਿੰਡ ਵਿੱਚ ਚਲਿਆ ਗਿਆ। ਉਹ ਪਿੰਡ ਦੇ ਬਾਹਰ ਸ਼ਮਸ਼ਾਨ ਘਾਟ ਸੀ। ਉਹ ਸ਼ਮਸ਼ਾਨ ਘਾਟ ਵਿੱਚ ਬਹਿ ਕੇ ਥੋੜ੍ਹਾ ਜਿਹਾ ਆਰਾਮ ਕਰਨ ਵਾਸਤੇ ਦੇਖਦਾ ਹੈ ਕਿ ਹਰੇਕ ਕਬਰ ਦੇ ਉੱਤੇ ਉਹ ਉਮਰ ਲਿਖੀ ਹੋਈ ਹੈ, ਕਿਸੇ ਦੀ 1 ਸਾਲ, ਕਿਸੇ ਦੀ 2, 4, 5, ਕਿਸੇ ਦੀ ਵੀ ਉਮਰ 10 ਸਾਲ ਤੋਂ ਅੱਗੇ ਨਹੀਂ ਸੀ। ਉਹ ਬੜਾ ਹੈਰਾਨ ਹੋਇਆ ਕਿ ਕੀ ਇਸ ਪਿੰਡ ਵਿੱਚ ਕੋਈ ਬਜ਼ੁਰਗ ਨਹੀਂ। ਫਿਰ ਮਹਾਂਪੁਰਖਾਂ ਨੂੰ ਪੁੱਛਦਾ ਹੈ ਕਿ ਜੀ ਇਹ ਪਿੰਡ ਵਿੱਚ ਇਹ ਕਿਹੋ ਜਿਹਾ ਪਿੰਡ ਹੈ ਜਿੱਥੇ ਸਾਰੇ ਬਚਪਨ ਵਿੱਚ ਹੀ ਮਰ ਜਾਂਦੇ ਹਨ, ਕੋਈ ਬਜ਼ੁਰਗ ਨਹੀਂ ਹੈ, ਵਡੇਰਾ ਨਹੀਂ ਹੈ। ਉਹ ਹੱਸ ਕੇ ਸਮਝਾਉਂਦੇ ਹਨ ਕਿ ਇਹ ਬੜੇ ਸਮਝਦਾਰ ਹਨ ਪਿੰਡ ਵਾਲੇ, ਇਹਨਾਂ ਨੇ ਜਿਸਮਾਨੀ ਉਮਰ ਨਹੀਂ ਲਿਖੀ, ਇਹਨਾਂ ਨੇ ਉਮਰ ਉਹੀ ਲਿਖੀ ਹੈ ਜੋ ਉਸ ਕੁਲ ਮਾਲਕ ਦੀ ਹਜ਼ੂਰੀ ਵਿੱਚ ਗੁਜ਼ਾਰੀ ਹੈ।
ਫਿਰ ਨਾਲ ਹੀ ਬਾਬਾ ਜੀ ਨੇ ਇੱਕ ਪ੍ਰਸ਼ਨ ਕੀਤਾ ਕਿ ਐਸੀ ਕੀ ਸਮਝਾਂਗੇ, ਸਾਡੀ ਕੀ ਉਮਰ ਹੋਊਗੀ। ਫਿਰ ਬਾਬਾ ਜੀ 4-5 ਸੈਕਿੰਡ ਸ਼ਾਂਤ ਰਹੇ, ਫਿਰ ਫਰਮਾਇਆ ਕਿ ਸਾਡੀ ਉਮਰ ਤਾਂ ਉਹ ਜੰਮਦੇ ਬੱਚੇ ਵਰਗੀ ਹੋਊਗੀ ਜਿਹੜਾ ਅਜੇ ਚੱਲ ਵੀ ਨਹੀਂ ਸਕਦਾ। ਅੱਗੇ ਇੱਕ ਹੋਰ ਗੁਰਬਾਣੀ ਦਾ ਉਦਾਹਰਣ ਦਿੱਤਾ ਗਿਆ, ਸਭ ਕੇ ਛਪਣਾ ਇੱਕ ਰਾਮ ਪਰਾਇਆ। ਇਨਸਾਨ ਸਾਰੀਆਂ ਚੀਜ਼ਾਂ ਨੂੰ ਆਪਣਾ ਬਣਾਉਣ ਵਿੱਚ ਲੱਗਿਆ ਹੋਇਆ ਹੈ। ਜੇ ਇਹਨੇ ਦੂਰੀ ਬਣਾਈ ਹੋਈ ਹੈ ਤਾਂ ਸਿਰਫ ਮਾਲਕ ਤੋਂ ਦੂਰੀ ਬਣਾਈ ਹੋਈ ਹੈ। ਉਹ ਪਤਾ ਨਹੀਂ ਕਿੱਥੇ ਪਹਾੜਾਂ ਵਿੱਚ ਬੈਠਾ ਹੈਗਾ, ਕਿਹੜੇ ਧਰਮ ਸਥਾਨ 'ਤੇ ਬੈਠਾ ਹੋਇਆ ਹੈ ਜਿੱਥੇ ਜਾ ਕੇ ਸਾਨੂੰ ਲੱਭਣਾ ਪਊਗਾ। ਬਾਣੀਆਂ ਨੂੰ ਪੜ੍ਹਦੇ ਵੀ ਹਾਂ, ਸਤਸੰਗਾਂ ਨੂੰ ਸੁਣਦੇ ਵੀ ਹਾਂ। ਸਭ ਕੁਛ ਘਰ ਮੇ ਬਾਹਰ ਨਾਹੀਂ, ਬਾਹਰ ਢੂੰਡੇ ਸੋ ਭਰਮ ਭੁਲਾਈ। ਕਿਤੇ ਜਾਣ ਦੀ ਲੋੜ ਨਹੀਂ, ਸਿਰਫ ਧਿਆਨ ਨੂੰ ਅੰਤਰਮੁਖ ਕਰਨਾ ਹੈ। ਅੱਗੇ ਬਾਬਾ ਜੀ ਨੇ ਫਰਮਾਇਆ, ਹੁਣ ਦੇਖੋ ਜੇ ਸਾਨੂੰ ਕੋਈ ਕਵੇ ਕਿ ਪਹਾੜਾਂ ਉੱਤੇ ਚੜ੍ਹ ਜਾਓ ਆਪਣੇ ਕੂਣੀਆਂ ਦੇ ਬਲ ਦੇ ਉੱਤੇ, ਇਹ ਕੰਮ ਸਾਡੇ ਵਾਸਤੇ ਸੌਖਾ ਹੈ। ਮਗਰ ਜੇ ਕੋਈ ਕਵੇ ਕਿਤੇ ਚੁੱਪਚਾਪ ਬੈਠ ਕੇ ਧਿਆਨ ਨੂੰ ਅੰਤਰਮੁਖ ਕਰਕੇ ਮਾਲਕ ਦੇ ਦਰਸ਼ਨ ਕਰੋ, ਇਹ ਸਾਡੇ ਵਾਸਤੇ ਔਖਾ ਹੈ। ਬਾਬਾ ਜੀ ਨੇ ਫਿਰ ਫਰਮਾਇਆ, ਕੀ ਕਰਨਾ ਹੈ? ਧਿਆਨ ਨੂੰ ਸਿਰਫ ਅੰਦਰ ਹੀ ਲੈ ਕੇ ਜਾਣਾ ਹੈ? ਐਸੀ ਕਹਿੰਦੇ ਹਾਂ ਜੀ, ਵਕਤ ਨਹੀਂ ਮਿਲਦਾ, ਭਜਨ ਬੰਦਗੀ ਬਹੁਤ ਮੁਸ਼ਕਿਲ ਹੈ। ਕਿਹੜਾ ਕੰਮ ਹੈ ਜਿਹੜਾ ਸੌਖਾ ਹੈ ਦੁਨੀਆ ਵਿੱਚ? ਕਿਹੜਾ ਕੰਮ ਹੈ ਜਿਹੜਾ ਵਕਤ ਔਰ ਧਿਆਨ ਤੋਂ ਬਗੈਰ ਤੁਸੀਂ ਪੂਰਾ ਕਰ ਸਕਦੇ ਹੋ? ਤੁਹਾਡੇ ਰਿਸ਼ਤੇ ਹਨ, ਕੰਮ ਕਾਜ ਹੈ, ਬੱਚਿਆਂ ਦੀ ਪਾਲਣਾ ਹੈ, ਧਿਆਨ ਦੇਣਾ ਪੈਂਦਾ ਹੈ ਕਿ ਨਹੀਂ ਦੇਣਾ ਪੈਂਦਾ? ਵਕਤ ਕੱਢਣਾ ਪੈਂਦਾ ਹੈ ਕਿ ਨਹੀਂ ਕੱਢਣਾ ਪੈਂਦਾ? ਫਿਰ ਅਸੀਂ ਕਿਵੇਂ ਸੋਚ ਲਿਆ ਕਿ ਮਾਲਕ ਦੇ ਨਾਲ ਜਿਹੜਾ ਰਿਸ਼ਤਾ ਜੋੜਨਾ ਹੈ, ਮਾਲਕ ਦਾ ਸ਼ੁਕਰ ਕਰਨਾ ਹੈ, ਔਰ ਵਕਤ ਔਰ ਧਿਆਨ ਤੋਂ ਬਗੈਰ ਇਹ ਕੰਮ ਸਾਡਾ ਪੂਰਾ ਹੋ ਜਾਊਗਾ? ਇੱਕ ਹੋਰ ਗੱਲ ਬਾਬਾ ਜੀ ਨੇ ਫਰਮਾਈ ਸੀ ਕਿ ਅਸੀਂ ਕੀ ਸਿੱਖਦੇ ਹਾਂ ਸਤਸੰਗ ਵਿੱਚ ਆ ਕੇ? ਅਸੀਂ ਭੇਡ ਚਾਲ ਵਿੱਚ ਨਹੀਂ ਪੈਣਾ ਕਿ ਜੀ ਇੰਨੀ ਸੰਗਤ ਹੈ, ਕੁਛ ਨਾ ਕੁਛ ਤਾਂ ਹੋਊਗਾ, ਇਹਨਾਂ ਚੀਜ਼ਾਂ ਵਿੱਚ ਨਹੀਂ ਪੈਣਾ, ਇਹਨਾਂ ਚੀਜ਼ਾਂ ਨੂੰ ਨਹੀਂ ਦੇਖਣਾ। ਅਸੀਂ ਆਪਣੇ ਅੰਦਰ ਝਾਕ ਕੇ ਦੇਖਣਾ ਹੈ, ਕਿਉਂਕਿ ਮਿਲੂਗਾ ਤਾਂ ਉੱਥੋਂ ਹੀ। ਇਹ ਝੂਠੀਆਂ ਤਸੱਲੀਆਂ ਹਨ ਕਿ ਬਾਬੇ ਨੇ ਸਾਨੂੰ ਸਾਰਾ ਕੁਛ ਦੇ ਦੇਣਾ ਹੈ। ਜੋ ਵੀ ਮਿਲਣਾ ਹੈ ਤੁਹਾਨੂੰ ਤੁਹਾਡੇ ਅੰਦਰੋਂ ਮਿਲਣਾ ਹੈ। ਸਰੀਰੋਂ ਪਾਲਣ ਕੋ ਬਾਹਰ ਜਾਏ, ਨਾਮ ਨਾ ਲਹੇ ਬਹੁਤ ਬਗੈਰ ਦੁੱਖ ਪਾਏ। ਭਿਖਾਰੀਆਂ ਦੀ ਤਰ੍ਹਾਂ ਭੀਖ ਮੰਗਦੇ ਫਿਰਦੇ ਹਾਂ, ਮਾਲਕ ਨੇ ਤਾਂ ਸਭ ਕੁਛ ਪਹਿਲਾਂ ਹੀ ਦਿੱਤਾ ਹੋਇਆ ਹੈ। ਬਾਬਾ ਜੀ ਨੇ ਦੋਸਤੋ ਇਹ ਵੀ ਫਰਮਾਇਆ ਸੀ ਕਿ ਉਸ ਮਾਲਕ ਦੀ ਬਹੁਤ ਬਖਸ਼ਿਸ਼ ਹੈ, ਬਖਸ਼ਿਸ਼ ਹੀ ਬਖਸ਼ਿਸ਼ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਆਪਾਂ ਨੇ ਬਸ ਕਦਰ ਕਰਨੀ ਹੈ। ਇਸ ਕਰਕੇ ਭਾਈ ਆਪਾਂ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਕਿਹੜਾ ਰਸਤਾ ਹੈ, ਸੱਚ ਕੀ ਹੈ, ਔਰ ਜਿੰਨਾ ਚਿਰ ਉਸ ਸੱਚ ਦੀ ਪਹਿਚਾਣ ਕਰਕੇ ਉਹਨੂੰ ਨਹੀਂ ਅਪਣਾਵਾਂਗੇ, ਆਪਣੀ ਕਰਨੀ ਦੇ ਜ਼ਰੀਏ, ਲਫਜ਼ਾਂ ਦੇ ਜ਼ਰੀਏ ਨਹੀਂ, ਲਫਜ਼ਾਂ ਦੇ ਨਾਲ ਲਫਜ਼ ਮਿਲਣਗੇ, ਕਰਨੀ ਦੇ ਨਾਲ ਕਰਨੀ ਮਿਲੂਗੀ। ਬਾਬਾ ਜੀ ਨੇ ਫਰਮਾਇਆ ਕਿ ਜਦੋਂ ਤੱਕ ਖੁਦ ਆਪਾਂ ਮਾਲਕ ਦੇ ਨਾਲ ਰਿਸ਼ਤਾ ਨਹੀਂ ਜੋੜਾਂਗੇ, ਇਹ ਕੋਈ ਹੋਰ ਨਹੀਂ ਕਰ ਸਕਦਾ ਸਾਡੇ ਵਾਸਤੇ। ਜੇ ਝੂਠੀਆਂ ਤਸੱਲੀਆਂ ਵਿੱਚ ਫਸੇ ਰਵਾਂਗੇ ਨਾ, ਇਹ ਮੁਕਤੀ ਨਹੀਂ ਮਿਲਣੀ। ਬਾਬਾ ਜੀ ਨੇ ਦੋਸਤੋ ਸਾਫ਼ ਕਹਿ ਦਿੱਤਾ ਕਿ ਇਹ ਆਉਣ ਜਾਣ ਦਾ ਚੱਕਰ ਚੱਲਦਾ ਰਹੂਗਾ। ਫਿਰ ਬਾਬਾ ਜੀ ਨੇ ਇੱਕ ਵਾਰ ਫਰਮਾਇਆ ਸੀ ਇਸੇ ਗੱਲ ਨੂੰ ਕਿ ਆਪਣੀ ਕਰਨੀ ਦਾ ਮਿਲੂਗਾ, ਪਰ ਅਸੀਂ ਫਿਰ ਮੰਗੀ ਜਾਂਦੇ ਹਾਂ। ਜਿਸ ਚੀਜ਼ ਦੀ ਲੋੜ ਹੈ ਨਾ, ਉਹ ਤੁਹਾਨੂੰ ਕੋਈ ਦੇ ਨਹੀਂ ਸਕਦਾ, ਵੱਡੇ ਤੋਂ ਵੱਡਾ ਬਾਬਾ ਵੀ ਨਹੀਂ ਦੇ ਸਕਦਾ, ਕਿਉਂਕਿ ਉਹ ਮਾਲਕ ਨੇ ਦੇਣੀ ਹੈ ਔਰ ਮਾਲਕ ਨੇ ਦੇਤੀ ਹੈ। ਆਪਾਂ ਸਿਰਫ ਉਹਦੀ ਕਦਰ ਕਰਕੇ, ਅੰਤਰ ਧਿਆਨ ਕਰਕੇ ਉਹਦੀ ਪਹਿਚਾਣ ਕਰਨੀ ਹੈ, ਔਰ ਕਿਉਂਕਿ ਅਸੀਂ ਪਹਿਚਾਣ ਨਹੀਂ ਕੀਤੀ, ਸਾਨੂੰ ਉਹਦੀ ਕਮੀ ਮਹਿਸੂਸ ਹੋ ਰਹੀ ਹੈ, ਇਸੇ ਕਰਕੇ ਮੰਗਤਿਆਂ ਦੀ ਤਰ੍ਹਾਂ ਮੰਗੀ ਜਾਂਦੇ ਹਾਂ।
ਦੋਸਤੋ, ਲਾਸਟ ਵਿੱਚ ਵੀ ਬਾਬਾ ਜੀ ਨੇ ਇਹੀ ਗੱਲ ਫਰਮਾਈ ਸੀ ਕਿ ਇਹ ਜੋ ਮੌਕਾ ਦਿੱਤਾ ਹੈ ਮਾਲਿਕ ਨੇ, ਇਸ ਮੌਕੇ ਦੀ ਕਦਰ ਕਰਨੀ ਹੈ, ਸ਼ੁਕਰ ਕਰਨਾ ਹੈ। ਬਹੁਤ ਦਿੱਤਾ ਹੈ ਮਾਲਿਕ ਨੇ, ਮੰਗਣਾ ਨਹੀਂ ਹੈ, ਕਦਰ ਕਰਨੀ ਹੈ ਔਰ ਉਹਦਾ ਸ਼ੁਕਰ ਕਰਨਾ ਹੈ। ਤੋ ਦੋਸਤੋ, ਯੇ ਥੀ ਆਜ ਕੀ ਵੀਡੀਓ ਔਰ ਜਿਨ ਦੋਸਤੋ ਨੇ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ, ਵੋ ਚੈਨਲ ਕੋ ਸਬਸਕ੍ਰਾਈਬ ਵੀ ਕਰ ਸਕਤੇ ਹੈਂ। ਰਾਜ ਸਵਾਮੀ। ਤੁਮ ਲਗ ਮੇਰੀ ਦੌਰ ਜੈਸੇ ਕਾਗਜ ਹਾਜ ਕੋ ਸੂਜੇ ਔਰ ਨਾ ਠੌਰ।